पिंड का नाम जिहड़ा है उसका नाम जिहड़ा है वो रोशन कर रहे ने। ਇੱਥੇ ਬਹੁਤ ਸਾਰੇ ਇੱਥੋਂ ਦੇ ਆ ਜਿਹੜੇ ਇੱਥੋਂ ਦੇ ਪਲੇਨਾਂ ਦੇ ਅਵਲੇਨਾਂ ਦੇ ਵੀ ਪਹੁੰਚ ਰਹੇ ਨੇ ਲਾਈਵ ਤੁਸੀਂ ਲਾਈਵ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਸਵੇਰਾ ਦੇ ਸਾਂਝੇ ਕਰ ਰਹੇ ਹਾਂ ਖੁਸ਼ੀ ਦੇ ਮਾਹੌਲ ਦੇ ਵਿੱਚ ਲੱਡੂ ਵੰਡ ਕੇ ਜਿਹੜਾ ਹੈ ਉਹ ਮਨਪ੍ਰੀਤ ਦੇ ਮਾਤਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਲਬਾਤ ਕਰਾਂਗੇ ਮਨਪ੍ਰੀਤ ਦੇ ਮਾਤਾ ਜੀ ਨਾਲ ते फिर वरुण कुमार जिहड़ा है वह रोशन कर रहे ने। इत्थे बहुत सारे जिहड़े इत्थों दे नजदीकी ने इन्हां प्लेयरां दे वी पहुंच रहे ने और लाइव तस्वीरां असीं तुहाडे नाल दैनिक सवेरा तों सांझियां कर रहे हां। खुशी दा माहौल है, खुशी दे माहौल दे विच लड्डू वंड के जिहड़ा है वह खुशी सांझी कीती जा रही है परिवारिक मैंबरां नाल। असीं गल्लबात करांगे मनप्रीत दे माता जी, तुसीं देख सकते हो तस्वीरां दे विच गल्लबात करांगे मनप्रीत दे माता जी नाल। ਇਹ ਤਸਵੀਰਾਂ ਦੇਖੋ ਖੁਸ਼ੀ ਭਰੀਆਂ ਤਸਵੀਰਾਂ ਨੇ, ਮੂੰਹ ਮਿੱਠੇ ਕਰਾਏ ਜਾ ਰਹੇ ਨੇ ਕਿਉਂਕਿ ਭਾਰਤ ਨੇ ਲੰਬੇ ਤੋਂ ਇਹ ਖੁਸ਼ੀਆਂ ਪਰਤਣਗੀਆਂ ਪਰ ਅੱਜ ਲੰਬੇ ਅਰਸੇ ਤੋਂ ਬਾਅਦ ਜਿਹੜੀਆਂ ਖੁਸ਼ੀਆਂ ਪਰਤੀਆਂ ਨੇ ਕਮਾਲ ਕਰ ਦਿਖਾਇਆ ਹੈ। ਮਿੱਠਾਪੁਰ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਵੀ ਪ੍ਰਗਟ ਸਿੰਘ ਓਲੰਪੀਅਨ ਹੋਏ ਨੇ, ਉਹਨਾਂ ਤੋਂ ਬਾਅਦ ਹੁਣ 2020 ਤਿੰਨ ਖਿਡਾਰੀ ਮਿੱਠਾਪੁਰ ਦੇ ਨੇ। सब तो पहला मुबारकबाद तुहानूं क्योंकि लंबा अरसा हो गया, 130 करोड़ लोग इंतजार कर रहे थे कदों भारतीय हाकी टीम पहुंचेगी। अज खुशियां दा माहौल है, किदां देख? बहुत ज्यादा माहौल, बहुत खुशी है, बहुत ज्यादा खुशी है। इन्नी तो जम्मे ते खुशी नहीं जिन्नी अज खुशी है। लगता है कितना कितना मेहनत जिहड़ी है मनप्रीत दी रंग लै के आई। मिठापुर की धरती दे ही है कुछ। मिठापुर नूं तां हाकी दी राजधानी कहण लग पए लोक। हां अगे भी प्लेयर एदां ही साडे बच्चे आ देखो खेडदे आ, ਇਹ ਇਦਾਂ ਹੀ ਨਿਕਲਣਗੇ। ਮਨਪ੍ਰੀਤ ਹੋਣਾ ਉਹ, ਮਨਦੀਪ ਹੋਣਾ ਉਹ, ਵਰਨ ਹੋਣਾ ਉਹ, ਆਤਿਸ਼ਬਾਜ਼ੀ ਚਲਾਈ ਜਾ ਰਹੀ, ਮੂਵਮੈਂਟ ਕਰਾਈ ਜਾ ਰਹੀ। ਹਾਂਜੀ ਹੁਣ ਹੋਈ ਸੀ ਜਿੱਤਣ ਤੋਂ ਬਾਅਦ ਹੋਈ ਸੀ। ਬਸ ਕਹਿੰਦਾ ਹੈ ਮਾਤਾ ਖੁਸ਼ ਹੈ, ਮੈਂ ਕਿਹਾ ਖੁਸ਼ ਹੈ, ਬਸ ਉਹ ਵੀ ਰੋਂਦਾ ਹੀ, ਮੈਂ ਵੀ ਰੋਂਦੀ ਸੀ। ਔਰ ਮਨਦੀਪ ਦੇ ਮਾਤਾ ਜੀ ਸਾਡੇ ਨਾਲ ਨੇ, ਕਿੱਦਾਂ ਦੇਖਦੇ ਹੋ ਅੱਜ ਵੱਡਾ ਦਿਨ ਹੈ, 130 ਕਰੋੜ ਲੋਕ ਇੰਤਜ਼ਾਰ ਕਰ ਰਹੇ ਸੀਗੇ, ਬੜੀਆਂ ਖੁਸ਼ੀਆਂ ਆਈਆਂ ਨੇ ਸਾਨੂੰ। ਬਹੁਤ ਜ਼ਿਆਦਾ ਪ੍ਰਾਊਡ ਆ ਆਪਣੇ ਬੱਚਿਆਂ ਤੇ ਕਿ ਇਹਨਾਂ ਨੇ ਸਾਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਹੈ, ਮੈਡਲ ਸਾਡੇ ਹੱਥ ਪਾਇਆ ਆ। ਸਾਡੇ ਮਨਦੀਪ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀ ਕਿ ਮੰਮੀ ਤੁਸੀਂ ਉਦਾਸ ਨਾ ਹੋਵੋ ਕਿ ਅਸੀਂ ਇਹ ਜਿਹੜਾ ਮੈਚ ਜ਼ਰੂਰ ਜਿੱਤਾਂਗੇ ਔਰ ਤੁਹਾਡੇ ਹੱਥ 'ਚ ਮੈਡਲ ਜ਼ਰੂਰ ਲੈ ਕੇ ਦੇਵਾਂਗੇ। ਉਹ ਉਹਨਾਂ ਨੇ ਆਪਣੀ ਜਿਹੜੀ ਕਿ ਗੱਲ ਸੱਚੀ ਕੀਤੀ ਹੈ ਔਰ ਸਾਡਾ ਮੈਡਲ ਸਾਡੇ ਹੱਥ ਲਿਆ ਕੇ ਰੱਖਿਆ। ਮਨਦੀਪ ਦੇ ਨਾਲ ਗੱਲਬਾਤ ਹੋਈ ਹੈ ਜਿੱਤਣ ਤੋਂ ਬਾਅਦ? ਹਾਂਜੀ ਮਨਦੀਪ ਨਾਲ ਹੋਈ ਗੱਲ, ਬਹੁਤ ਜ਼ਿਆਦਾ ਜਿੱਦਾਂ ਕਿ ਖੁਸ਼ੀ ਦੇ ਆਂਸੂ ਉਹਨਾਂ ਦੇ ਅੱਖਾਂ 'ਚ ਆਪਣੇ ਆਪ ਆਈ ਜਾ ਰਹੇ ਸੀਗੇ, ਇੱਧਰ ਸਾਡੇ ਆਈ ਜਾ ਰਹੇ, ਉੱਧਰ ਉਹਨਾਂ ਦੇ, ਬਹੁਤ ਜ਼ਿਆਦਾ ਖੁਸ਼ ਆ ਉਹ। ਮਿਹਨਤ ਸੀਗੀ ਕਿਉਂਕਿ ਮਿੱਠਾਪੁਰ ਦੇ ਸਾਰਿਆਂ ਦੀ ਬਹੁਤ ਮਿਹਨਤ ਆ। ਇਹ ਇੱਕੋ ਜਿਹੀ ਹਾਕੀ ਸ਼ੁਰੂ ਤੋਂ ਹੀ ਖੇਲੇ ਆ ਛੋਟੇ ਹੁੰਦਿਆਂ ਤੋਂ ਹੀ, ਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ, ਬੱਚਿਆਂ ਨੇ ਡਟ ਕੇ ਮਿਹਨਤ ਕੀਤੀ ਹੈ ਕਿ ਇੱਥੋਂ ਤੱਕ ਪਹੁੰਚੇ ਆ ਇਹ ਮਿਹਨਤ ਕਰਕੇ। ਮਿੱਠਾਪੁਰ ਦੀ ਗੱਲ ਕਰੀਏ ਤਾਂ ਇੱਥੋਂ ਦੇ 3 ਪਲੇਅਰ ਨੇ, ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਪਲੇਅਰ ਨਿਕਲਣਗੇ, ਜਿੱਦਾਂ ਹੌਸਲਾ ਅਫਜ਼ਾਈ ਹੁਣ ਸੀਨੀਅਰ ਪਲੇਅਰ ਕਰਕੇ ਆਏ ਨੇ, ਇਹਨਾਂ ਨੂੰ ਦੇਖ ਕੇ ਗਾਂ ਹੋਰ ਵੀ ਉਤਸ਼ਾਹਿਤ ਹੋਣਗੇ ਪਲੇਅਰ? ਹਾਂਜੀ ਹਾਂਜੀ, ਆਪਣੇ ਇੱਥੇ ਮਿੱਠਾਪੁਰ ਦੇ ਸਟੇਡੀਅਮ 'ਚ ਬਹੁਤ ਜ਼ਿਆਦਾ ਬੱਚੇ ਆ ਕਿ ਔਰ ਹਾਕੀ ਨਾਲ ਪਿਆਰ ਹੈ ਜਿਹਨਾਂ ਨੂੰ, ਤਕਰੀਬਨ ਸਾਰਾ ਮਿੱਠਾਪੁਰ ਇੱਥੇ ਆਉਂਦਾ, ਮਿੱਠਾਪੁਰ ਹੀ ਨਹੀਂ ਹੋਰ ਵੀ ਨੇੜਿਓਂ ਬਹੁਤ ਜ਼ਿਆਦਾ ਬੱਚੇ ਆ ਰਹੇ ਆ ਗਰਾਊਂਡ ਦੇ ਵਿੱਚ ਔਰ ਖੇਡਦੇ ਆ, ਪ੍ਰੈਕਟਿਸ ਕਰਦੇ ਸਵੇਰੇ ਸ਼ਾਮ। ਮਨਦੀਪ ਦੀ ਕੋਈ ਯਾਦ ਸਾਂਝੀ ਕਰਨੀ ਚਾਹੋ ਜਦੋਂ ਲੱਗਾ ਹੋਵੇ ਕਿ ਮਿਹਨਤ ਕੀਤੀ ਹੈ ਕਿਤੇ ਪੂਰੀ ਨਹੀਂ ਪੈ ਰਹੀ, ਇਦਾਂ ਦਾ ਕੋਈ ਪਲ ਆਇਆ ਹੋਵੇ ਜ਼ਿੰਦਗੀ 'ਚ? ਨਹੀਂ, ਤਕਰੀਬਨ ਉਹਨੇ ਮਿਹਨਤ ਕੀਤੀ ਬਹੁਤ ਆ ਸ਼ੁਰੂ ਦੇ ਵਿੱਚ, ਜਿੱਦਾਂ
ਦਾ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਉਹ ਵਧੀਆ ਖੇਲਦਾ ਰਿਹਾ ਆ ਸ਼ੁਰੂ ਦੇ ਵਿੱਚ। ਹਾਂਜੀ ਜੀ ਕਿੱਦਾਂ ਦੇਖਦੇ ਹੋ ਹੁਣ ਜਦੋਂ ਆਉਣਗੇ ਟੋਲ ਟਮਾ ਕਿੱਦਾਂ ਮੁਲਾਕਾਤ ਜੀ? ਲਗਾਤਾਰ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਇਹ ਸਾਂਝੀਆਂ ਕੀਤੀਆਂ ਨੇ ਜਿੱਥੇ ਮਨਪ੍ਰੀਤ ਦੇ ਮਾਤਾ ਜੀ ਨੇ ਮਨਦੀਪ ਦੇ ਆਪਾਂ ਮਾਤਾ ਪੀ ਜੀ ਨੇ ਹੁਣ ਫਿਲਹਾਲ ਜਿਹੜਾ ਹੈ ਜਿਹੜੇ ਜੀ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸੋਢੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ। ਮਨਦੀਪ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਆ। ਸਰ ਕਿੱਦਾਂ ਦੇਖਦੇ ਹੋ ਅੱਜ 130 ਕਰੋੜ ਭਾਰਤੀਆਂ ਦੀਆਂ ਉਮੀਦਾਂ ਸੀਗੀਆਂ ਕਿ ਹਾਕੀ ਟੀਮ ਜਿਹੜਾ ਮੈਡਲ ਜਿੱਤ ਕੇ ਆਵੇ, ਉਹਨਾਂ ਦੀਆਂ ਆਸਾਂ ਨੂੰ ਪੂਰ ਪਿਆ? ਬਿਲਕੁਲ ਜੀ, 130 ਕਰੋੜ ਦੀਆਂ ਜੋ ਉਮੀਦਾਂ ਸੀਗੀਆਂ 18 ਪਲੇਅਰਾਂ ਉੱਤੇ, ਅੱਜ ਉਹ 18 ਪਲੇਅਰਾਂ ਨੇ ਉਮੀਦਾਂ ਪੂਰੀਆਂ ਕੀਤੀਆਂ। ਬੜੀ ਖੁਸ਼ੀ ਹੈ ਸਾਨੂੰ, ਅਸੀਂ ਪੂਰੀ ਟੀਮ ਨੂੰ ਵਧਾਈਆਂ ਦਿੰਦੇ ਹਾਂ ਔਰ ਅਸੀਂ ਖੁਸ਼ ਹਾਂ, ਸਾਰੇ ਪੇਰੈਂਟ ਖੁਸ਼ ਹੈ ਜੀ। ਵੀ ਸਾਡਾ ਜੋ ਕੈਪਟਨ ਆ ਇਹ ਵੀ ਉਹਦਾ ਹਾਣੀ ਆ ਜੀ, ਇਕੱਠੇ ਖੇਲੇ ਆ, ਇਕੱਠੇ ਸੀਜੀ ਅਕੈਡਮੀ ਰਹੇ ਆ, ਇਕੱਠੇ ਆਪਣੇ ਇੰਡੀਆ ਕੈਂਪ 'ਚ ਚੱਲ ਗਏ ਆ ਔਰ ਬਹੁਤ ਘੱਟ ਉਮਰ 'ਚ ਜਿਹੜੀ ਆ ਇੰਡੀਆ ਲਈ ਖੇਲ ਗਏ ਆ ਜੀ। ਹਾਂਜੀ ਜੀ, ਗੱਲਬਾਤ ਹੋਈ ਜੀ, ਬਹੁਤ ਖੁਸ਼ ਸੀਗਾ, ਭਾਵੁਕ ਸੀਗਾ, ਰੋ ਰਿਹਾ ਸੀਗਾ ਨਾਲ ਤੇ ਨਾਲ ਸਾਨੂੰ ਵੀ ਰੋ ਰਿਹਾ ਸੀਗਾ ਔਰ ਹੁਣ ਸ਼ਾਮੀ ਉਹਨਾਂ ਨੂੰ ਮੈਡਲ ਮਿਲਣਾ ਆ, ਉਸ ਟਾਈਮ ਜੋ ਖੁਸ਼ੀਆਂ ਅਲੱਗ ਹੋਣਗੀਆਂ। ਜਿੱਦਣ ਆਉਣੇ ਆ ਉਦਣ ਅਸੀਂ ਉਮੀਦ ਕਰਦੇ ਹਾਂ ਵੀ ਪੂਰਾ ਪੰਜਾਬ ਉਸ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੂਗਾ ਜਦੋਂ ਅੰਮ੍ਰਿਤਸਰ ਦੇ ਪੜ ਉਤਰਨਾ ਉਹਨਾਂ ਨੇ। ਅਸੀਂ ਪੂਰੇ ਪੰਜਾਬ ਨੂੰ ਅੱਜ ਬੇਨਤੀ ਕਰਦੇ ਵੀ ਜਦੋਂ ਆਉਣਾ ਉਹਨਾਂ ਨੇ ਅੰਮ੍ਰਿਤਸਰ ਦੇ ਪੜ ਉਤਰਨਗੇ ਤੇ ਉੱਥੇ ਸਾਰੇ ਪੰਜਾਬ ਵਾਸੀ ਜਿੰਨ ਵੀ ਹਾਕੀ ਦੇ ਪ੍ਰੇਮੀ ਆ ਉੱਥੇ ਪਹੁੰਚਣੇ। ਕੋਈ ਇੱਦਾਂ ਦਾ ਪਲ ਵੀ ਆਇਆ ਮਨਦੀਪ ਦੀ ਜ਼ਿੰਦਗੀ ਦੇ ਵਿੱਚ? ਬਹੁਤ ਸਾਰੀ ਮਿਹਨਤ ਕੀਤੀ, ਕਿਤੇ ਉਦਾਸ ਵੀ ਹੋ ਜਾਂਦਾ ਬੰਦਾ ਕਿ ਉਪਲਬਧੀ ਜਿਹੜੀ ਆ ਹਾਸਲ ਨਹੀਂ ਹੋ ਰਹੀ, ਕੋਈ ਇੱਦਾਂ ਦਾ ਪਲ ਰਿਹਾ ਮਨਦੀਪ? ਹਾਂਜੀ ਜੀ, ਜਦੋਂ 13 ਚ ਹਾਕੀ ਇੰਡੀਆ ਦੀ ਡੀ ਖੇਲੀ ਆ ਬੜਾ ਵਧੀਆ ਪ੍ਰਦਰਸ਼ਨ ਸੀਗਾ, ਉਦੋਂ ਇਹ ਲੀਗ ਦਾ ਜਿਹੜਾ ਕਿ ਮੈਂ ਆਪਣਾ ਟੂਰਨਾਮੈਂਟ ਨਿਕਲਿਆ ਔਰ ਸੋਰੀ ਜੰਗ ਪਲੇਅਰ ਨਿਕਲਿਆ ਪੌਂਡੀਗੜ੍ਹ ਵਾਲੇ ਮਿਲਿਆ ਨੂੰ, ਉਸ ਤੋਂ ਬਾਅਦ 'ਚ ਇਹਦੇ ਇੰਜਰੀਆਂ ਆਉਣੀਆਂ ਚੱਲ ਹੋ ਗਈਆਂ, 2 ਸਾਲ ਇਹਦੇ ਇੰਜਰੀਆਂ ਬਹੁਤ ਜ਼ਿਆਦਾ ਆਈਆਂ। ਖੇਲ ਸੀਗਾ ਉਦੋਂ ਬਹੁਤ ਫਿੱਟ ਹੋ ਗਿਆ ਸੀ ਵੀ ਮੈਂ ਅੱਜ ਖੇਲ ਨਹੀਂ ਰਿਹਾ, ਟੂਰਨਾਮੈਂਟ ਚੱਲ ਰਹੇ ਆ, ਹਾਕੀ ਨੂੰ ਡੀ 'ਚ ਬਾਅਦ ਬੈਠ ਗਿਆ ਸੀਗਾ, ਲੇਕਿਨ ਸਾਡਾ ਜੋ ਉਹਦੇ ਪਿੱਛੇ ਹੱਥ ਸੀਗਾ ਜਾਂ ਦੁਆਵਾਂ ਸੀਗੀਆਂ ਸਾਡੀਆਂ ਜਾਂ ਵਾਹਿਗੁਰੂ ਦੀ ਮਿਹਰ ਹੋਈ ਆ, ਬੱਚਾ ਦੁਆਰੇ ਟੀਮ 'ਚ ਸੈਟਲ ਹੋਇਆ, ਆਪਣੇ ਅਗਲੇ ਆਉਣੇ ਟੂਰਨਾਮੈਂਟ ਵਧੀਆ ਖੇਲੇ ਆ, ਜੋ ਜਿਹਨੇ ਵਰਲਡ ਕੱਪ ਜਿੱਤਿਆ ਆ ਉਹਦੇ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਮਨਦੀਪ ਨੇ ਔਰ ਦੂਜਾ ਜੂਨੀਅਰ ਵਰਲਡ ਕੱਪ ਖੇਲਿਆ ਉਹ ਜਿੱਤੇ ਜੀ, ਇਹ ਪਹਿਲਾਂ ਜਾ ਕੇ ਹਾਰ ਗਏ ਸੀਗੇ। ਪਿੱਠਾਪੁਰ ਦੀ ਗੱਲ ਕਰੀਏ ਤਾਂ ਹੋਰ ਵੀ ਪਨੀਰੀ ਇੱਥੇ ਹਾਕੀ ਦੀ ਜਿਹੜੀ ਆ ਤਿਆਰ ਕੀਤੀ ਜਾ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਆਸ ਕਰਨਗੇ ਇਸੇ ਤਰੀਕੇ ਦੇ ਪਲੇਅਰ ਇੱਥੋਂ ਪੈਦਾ ਹੁੰਦੇ ਰਹਿਣਗੇ, ਦੁਬਾਰਾ ਤੋਂ ਜਿਹੜਾ ਓਲੰਪਿਕ ਵਿੱਚ ਜਾਂਦੇ ਰਹਿਣਗੇ ਇਸ ਤਰ੍ਹਾਂ? ਸਾਡੇ ਕੋਲ ਜੀ ਹਾਕੀ ਦੇ ਵਧੀਆ ਕੋਚ ਰੱਖੇ ਆ, ਹੁਣ ਕੋਚ 2 ਹੋਰ ਅਸੀਂ ਪਿੰਡ ਵੱਲੋਂ ਕਰ ਰਹੇ ਹਾਂ, ਜਦ ਕਿ ਕੋਚ ਛੋਟੇ ਬੱਚਿਆਂ ਨੂੰ ਵੀ ਤਿਆਰ ਕੀਤਾ ਜਾਵੇ ਔਰ ਸਾਡੀ ਇਹੀ ਆ ਕੋਸ਼ਿਸ਼ ਵੀ ਆਉਣ ਵਾਲੇ ਸਮੇਂ 'ਚ ਅਸੀਂ ਬੱਚਿਆਂ ਨੂੰ ਤਿਆਰ ਕਰਕੇ ਕੈਂਪਾਂ 'ਚ ਭੇਜੀਏ ਜਾਂ ਵਧੀਆ ਅਕੈਡਮੀ ਭੇਜੀਏ, ਉਦੋਂ ਇਹ ਜਾ ਕੇ ਜੋ ਕਿ ਕੈਂਪਾਂ 'ਚ ਜਾਣ ਅਤੇ ਇੰਡੀਆ ਦੀ ਖੇਲਣ। ਲਗਾਤਾਰ ਅਸੀਂ ਤੁਹਾਡੇ ਨਾਲ ਰਾਬਤੇ ਦੇ ਵਿੱਚ ਰਵਾਂਗੇ, ਹੋਰ ਵੀ ਸਾਥੀ ਸਾਡੇ ਤਾਂ ਸਾਡੇ ਨਾਲ ਜਿਹੜੇ ਸਵਾਲ ਕਰਨਾ ਚਾਹੁੰਦੇ ਨੇ। ਲਗਾਤਾਰ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ, ਮਨਪ੍ਰੀਤ ਜਿਹੜਾ ਹਾਕੀ ਦਾ ਖਿਡਾਰੀ ਹੈ, ਕਪਤਾਨ ਹੈ, ਉਹਦੇ ਘਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਤੁਸੀਂ ਲਾਈਵ ਤਸਵੀਰਾਂ ਇਹ ਦੈਨਿਕ ਸਵੇਰਾ 'ਤੇ ਦੇਖ ਰਹੇ ਹੋ।
ਉੱਥੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਲੰਬਾ ਅਰਸਾ ਬੀਤ ਗਿਆ। ਲੰਬੇ ਅਰਸੇ ਤੋਂ ਬਾਅਦ ਜਿਹੜਾ ਭਾਰਤੀ ਹਾਕੀ ਟੀਮ ਨੇ ਜਿਹੜਾ ਮੈਡਲ ਦੀ ਪ੍ਰਾਪਤੀ ਕੀਤੀ ਹੈ, ਮੈਡਲ ਜਿੱਤਿਆ ਹੈ। ਮਨਪ੍ਰੀਤ ਦੇ ਮਾਤਾ ਜੀ ਜਿਹੜੇ ਨੇ ਖੇਡ ਮੰਤਰੀ ਗੁਰਮੀਤ ਰਾਣਾ ਸੋਢੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ, ਵੀਡੀਓ ਕਾਲਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ। ਔਰ ਕੁਛ ਹੀ ਦੇਰ ਪਹਿਲਾਂ ਸੈਂਟਰ ਮਿਨਿਸਟਰ ਜਿਹੜੇ ਨੇ ਖੇਡ ਮਿਨਿਸਟਰ ਉਹਨਾਂ ਦਾ ਵੀ ਕਾਲ ਆਇਆ ਸੀਗਾ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਮੁਬਾਰਕਬਾਦ ਦਿੱਤੀ ਹੈ। ਵੈਸੇ ਤੇ ਮੈਂ ਤੇਰੇ ਕੋਲੋਂ ਗੋਲਡ ਮੰਗਿਆ ਸੀ, ਤੇ ਪਰ ਚਲੋ ਕੋਈ ਗੱਲ ਨੀ, ਬਰਾਉਣ ਦੇ ਵਿੱਚ ਸੰਤੁਸ਼ਟੀ ਕਰਦੇ ਆ। ਬਹੁਤ ਵਧੀਆ, ਬਹੁਤ ਵਧੀਆ ਕੀਤਾ ਤੇ ਚਲੋ। ਅੱਖਾਂ ਭਰਦਾ ਸੀਗਾ ਕਿਉਂਕਿ ਇਹ ਖੁਸ਼ੀ ਦੀਆਂ ਅਜਿਹੀਆਂ ਜੋ ਹੁੰਦੇ ਆ, ਤੇ ਆਪਾਂ ਖੁਸ਼ੀ ਜਿਹੜੀ ਹੈ ਬਰਦਾਸ਼ਤ ਨਹੀਂ ਕਰ ਸਕਦੇ, ਇਸ ਕਰਕੇ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਆ। ਦੇਖੋ ਤੁਹਾਡੇ ਸਾਰੇ ਦੇ ਦਰਸ਼ਨ ਹੋਏ ਸਾਨੂੰ ਬਹੁਤ ਜ਼ਿਆਦਾ। ਭਾਰਤ ਸਰਕਾਰ ਦੇ ਨੁਮਾਇੰਦੇ ਨਾਲ ਵੀ ਗੱਲਬਾਤ ਹੋਈ ਕਿ ਖੇਡ ਵਿਭਾਗ ਨਾਲ? ਹਾਂ ਜੀ, ਹੁਣੇ ਹੋ ਗਿਆ ਜੀ। ਉਹ ਵੀ ਕਹਿੰਦੇ ਕਿ ਜਿਹੜੇ ਪਿਛਲੇ 10 ਸਕਿੰਟ ਰਹੇ, ਪਰ ਪਰਮਾਤਮਾ ਨੇ ਆਪਾਂ ਨੂੰ ਜਿਹੜਾ ਬ੍ਰੌਨ ਮੈਡਲ ਦਿੱਤਾ ਉਹ ਗੋਲਡ ਨਾਲੋਂ ਘੱਟ ਨਹੀਂ ਸਾਡੇ ਕੋਲ। ਅੱਛਾ, ਹੁਣ ਹੁਣ ਮਨਪ੍ਰੀਤ ਹੁਣਾਂ ਨੇ ਜਿੱਤ ਕੇ ਆ ਰਹੇ ਹੋ ਤਾਂ ਮਾਂ ਕੀ ਬਣਾ ਕੇ ਰੱਖੇਗੀ ਪੁੱਤਰ ਦੇ ਵਾਸਤੇ? ਆਲੂ ਤੇ ਦੇਸੀ ਘੇ ਦੇ ਪਰੌਂਠੇ। ਅੱਛਾ, ਉਹਦੇ ਫੇਵਰਟ ਨੇ? ਫੇਵਰਟ ਚਾਹ ਵਾ। ਅੱਛਾ, ਤੁਸੀਂ ਮਨਦੀਪ ਹੋਰਾਂ ਨਾਲ ਚੰਦ ਮਿੰਟ ਪਹਿਲਾਂ ਤੁਹਾਡੀ ਵੀ ਗੱਲ ਹੋਈ ਸੀ, ਮਨਦੀਪ ਵੀ ਬੇਹੱਦ ਭਾਵੁਕ। ਮੁਬਾਰਕਬਾਦ ਜਿਹੜੇ ਨੇ ਉਹ ਸਕੇ ਸੰਬੰਧੀ ਜਿਹੜੇ ਪਹੁੰਚੇ ਹੋਏ ਨੇ ਮੁਬਾਰਕਬਾਦ ਦਿੱਤੀਆਂ ਜਾ ਰਹੀਆਂ ਨੇ। ਖੁਸ਼ੀ ਦਾ ਪਲ ਹੈ ਅੱਜ। ਮਨਪ੍ਰੀਤ ਦੇ ਚਾਚੀ ਜੀ ਵੀ ਅੱਜ ਮੌਜੂਦ ਨੇ, ਕਿੱਦਾਂ ਦੇਖਦੇ ਹੋ? ਚਾਚੀਆਂ ਤੇ ਬੜੀਆਂ ਜਿਹੜੇ ਆ ਪਿਆਰੇ, ਮਾਵਾਂ ਤੋਂ ਵੱਧ ਪਿਆਰੀਆਂ ਹੁੰਦੀਆਂ। ਬੜਾ ਹਰ ਜਿਹੜੀ ਚੀਜ਼ ਮਾਂ ਨਾਲ ਹੀ ਸਾਂਝੀ ਕਰ ਸਕਦਾ ਵੀ ਤੁਹਾਡੇ ਨਾਲ ਕੀਤੀ ਜਾ ਸਕਦੀ, ਕਿੱਦਾਂ ਦੇਖਦੇ ਹੋ ਅੱਜ ਖੁਸ਼ੀ ਦਾ ਮੌਕਾ? ਬਹੁਤ ਜ਼ਿਆਦਾ ਸਾਨੂੰ ਬਹੁਤ ਮਾਣ ਵਾ, ਉੱਥੇ ਬਹੁਤ ਮਾਣ ਸੀਗਾ ਸਾਨੂੰ, ਹੁਣ ਵੀ ਮਾਣ ਵਾ, ਹੁਣ ਸਾਡਾ ਬਹੁਤ ਮਾਣ ਵਧਾਇਆ ਸਾਡਾ। ਹਾਂਜੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ। ਗੱਲਬਾਤ ਹੋਈ ਹੈ ਹੁਣ ਜਿੱਤਣ ਤੋਂ ਬਾਅਦ? ਨਹੀਂ, ਹਜੇ ਨਹੀਂ ਹੋਈ ਹੈਗੀ। ਹਾਂ, ਹਜੇ ਨਹੀਂ ਹੋਈ ਹੈਗੀ। ਹਾਂਜੀ ਹਾਂਜੀ, ਜਦੋਂ ਆਉਣਗੇ ਤਿਆਰੀਆਂ ਕੀਤੀਆਂ ਜਾਣਗੀਆਂ, ਢੋਲ ਢਮਾਕੇ ਨਾਲ ਸਵਾਗਤ ਕੀਤਾ ਜਾਵੇ, ਇਹਦੇ ਨਾਲ ਜ਼ਿਆਦਾ ਬਹੁਤ ਜ਼ਿਆਦਾ ਜਾ ਕੇ ਲੈ ਕੇ ਆਵਾਂਗੇ। ਹਾਂਜੀ, ਇਹਨੂੰ ਜਾਣ ਨੀ ਸੀ ਦਿੰਦੇ ਹੈਗੇ, ਇਹ ਕੰਧ ਟੱਪ ਕੇ ਚੱਲ ਜਾਣਾ, ਇਹਨੂੰ ਚੋਰੀ ਜਾਣਾ ਹਾਕੀ ਖੇਡਣ, ਤਾਂ ਇਹ ਪਰ ਕਾਮਯਾਬ ਹੋਇਆ। ਵਧੀਆ ਸੀਗਾ ਬਚਪਨ ਦੇ ਵਿੱਚ, ਜਿੱਦਾਂ ਬੱਚੇ ਸ਼ਰਾਰਤੀ ਹੁੰਦੇ ਆ? ਨਹੀਂ, ਠੀਕ ਸੀਗਾ, ਇੰਨਾ ਸ਼ਰਾਰਤੀ ਨਹੀਂ ਸੀ, ਉਦਾਂ ਠੀਕ ਸੀਗਾ। ਹਾਂਜੀ ਹਾਂਜੀ, ਇੰਨਾ ਸ਼ਰਾਰਤੀ ਨਹੀਂ ਸੀਗਾ, ਘੋੜਾ ਸੀਗਾ। ਹਾਂਜੀ, ਬਹੁਤ ਨਾਈਸ ਸੀਗਾ, ਪਰ ਕਦੀ ਸ਼ਰਾਰਤ ਨਹੀਂ ਕਰਦਾ ਹੁੰਦਾ ਸੀਗਾ, ਬੱਚਿਆਂ ਨਾਲ ਬਹੁਤ ਪਿਆਰ ਨਾਲ ਬੋਲਦਾ, ਖੇਲਦਾ, ਸਾਡੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਸਾਰਿਆਂ ਨਾਲ।
ਹਾਂਜੀ ਅਸੀਂ ਉਹਨਾਂ ਦੀ ਆਂਟੀ ਆ। ਹਾਂਜੀ ਹਾਂਜੀ ਬਸ ਇਹੀ ਉਹ ਜਦੋਂ ਛੋਟਾ ਹੁੰਦਾ ਸੀ ਤੇ ਉਹਨੇ ਮੇਰਾ ਬੇਟਾ ਵੀ ਖੇਲਦਾ ਸੀ ਤੇ ਉਹਦੇ ਕੋਲ ਫਿਰ ਆ ਜਾਂਦਾ ਹੁੰਦਾ ਸੀ ਭਾਜੀ ਮੈਨੂੰ ਹਾਕੀ ਚਾਹੀਦੀ ਆ, ਉਹਨੇ ਕਹਿਣਾ ਲੈ ਜਾਓ ਪੁੱਤ ਤੂੰ ਖੇਲ ਲੈ, ਉਹਨੇ ਆਪਣੇ ਜੋੜ ਤੇ ਆਪਣੇ ਓਲੰਪੀਅਨ ਬਣਿਆ ਜੀ। ਹਾਂਜੀ ਬਹੁਤ ਸੋਹਣਾ ਖੇਲਦਾ ਛੋਟਾ ਹੁੰਦਾ, ਪਿਆਰਾ ਵੀ ਬੜਾ ਸੀਗਾ, ਕਿਸੇ ਨਾਲ ਸ਼ਰਾਰਤ ਨਹੀਂ ਸਿਖਾਦਾ ਨਾ ਕਿਸੇ ਨੂੰ ਵਾਧੂ ਘਾਟੂ ਗੱਲ, ਅੱਜ ਤੱਕ ਵੀ ਉਹ ਇੰਨਾ ਪਿਆਰਾ ਹੈ ਨਾ ਵੀ ਬਹੁਤ ਪਿਆਰ ਕਰਦਾ, ਹੁਣ ਵੀ ਬਹੁਤ ਜਿੱਥੇ ਮਿਲੇ ਬਹੁਤ ਆਦਰ ਨਾਲ ਬੁਲਾਉਂਦਾ ਹੈ ਜੀ। ਹਾਂਜੀ ਹੁਣ ਰਿਸ਼ਤੇਦਾਰਾਂ ਦੇ ਸਾਗ ਸੰਬੰਧੀਆਂ ਦੇ ਫੋਨ ਆ ਰਹੇ ਨੇ, ਵਧਾਈਆਂ ਦੇ ਬਹੁਤ ਜ਼ਿਆਦਾ ਆ ਰਹੇ, ਸਾਰਿਆਂ ਦੇ ਸਾਗ ਸੰਬੰਧੀਆਂ ਦੇ ਸਾਰਿਆਂ ਦੇ ਫੋਨ ਬਹੁਤ ਆ ਰਹੇ, ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ। ਹਾਂਜੀ ਲਗਾਤਾਰ ਅਸੀਂ ਮਨਪ੍ਰੀਤ ਦੇ ਘਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਲੰਬੇ ਅਰਸੇ ਤੋਂ ਬਾਅਦ ਅੱਜ ਖੁਸ਼ੀ ਦਾ ਮਾਹੌਲ ਆਇਆ ਭਾਰਤੀ ਹਾਕੀ ਟੀਮ ਦੇ ਲਈ, ਔਰ ਜਿਹੜਾ ਮੈਡਲ ਹੈ ਭਾਰਤੀ ਹਾਕੀ ਟੀਮ ਦੀ ਝੋਲੀ ਪਿਆ ਹੈ। ਮਨਪ੍ਰੀਤ ਦੇ ਘਰ ਵਿਖੇ ਅਸੀਂ ਮੌਜੂਦ ਹਾਂ ਜਿੱਥੇ ਢੋਲ ਢਮੱਕੇ ਦੇ ਨਾਲ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ, ਆਤਿਸ਼ਬਾਜ਼ੀ ਚਲਾਈ ਜਾ ਰਹੀ ਹੈ, ਸਾਗ ਸੰਬੰਧੀਆਂ ਦੇ ਜਿਹੜੇ ਫੋਨ ਆ ਰਹੇ ਨੇ ਮਿਲਣ ਲਈ ਆ ਰਹੇ ਨੇ, ਔਰ ਮਨਪ੍ਰੀਤ ਦੇ ਅਸੀਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਹੈ, ਮਨਦੀਪ ਦੇ ਮਾਤਾ ਪਿਤਾ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਔਰ ਜਿੱਤਣ ਤੋਂ ਬਾਅਦ ਜਿਹੜੀ ਹੈ ਦੋਵਾਂ ਪਲੇਅਰਾਂ ਦੇ ਨਾਲ ਵੀਡੀਓ ਕਾਲ ਕੀਤੀ ਹੈ ਇਹਨਾਂ ਨੇ, ਕਿਤਨਾ ਕਿਤੇ ਇਮੋਸ਼ਨ ਜ਼ਰੂਰ ਖੁਸ਼ੀ ਦੇ ਹੰਝੂ ਜਿਹੜੇ ਆ ਉਹ ਜ਼ਰੂਰ ਦੇਖਣ ਨੂੰ ਮਿਲੇ ਆ, ਔਰ ਜਿੱਥੇ 130 ਕਰੋੜ ਭਾਰਤੀਆਂ ਦੀਆਂ ਉਮੀਦਾਂ ਸੀਗਾ ਕਿ ਭਾਰਤੀ ਹਾਕੀ ਟੀਮ ਇਸ ਵਾਰ ਮੈਡਲ ਜਿੱਤ ਕੇ ਜ਼ਰੂਰ ਆਵੇਗੀ, ਉਹਨਾਂ ਦੀਆਂ ਆਸਾਂ ਨੂੰ ਬੂਰ ਪਿਆ, ਔਰ ਭਾਰਤੀ ਹਾਕੀ ਟੀਮ ਨੇ ਅੱਜ ਬ੍ਰੌਂਜ਼ ਮੈਡਲ ਜਿਹੜਾ ਜਿੱਤਿਆ ਢੋਲ ਢਮੱਕੇ ਦੇ ਨਾਲ, ਇੱਥੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ।